ਜੌਬ ਤੇ ਜਾ ਰਹੇ ਆਪਣੀ ਇੱਥੇ ਸਕੂਟਰੀਆਂ ਬਹੁਤ ਚੱਲਦੀਆਂ ਦੂਰੋਂ ਤਾਂ ਫਿਰ ਵੀ ਛੋਟਾ ਲੱਗਦਾ ਜੀ ਕਾਫੀ ਵੱਡਾ ਹਨਾ ਤੁਸੀਂ ਚਾਹੁੰਦੇ ਆ ਤਾਂ ਕਹਿੰਦੇ 400 ਦੇ ਕੇ ਲੈ ਲਓ ਬਹੁਤ ਔਖਾ ਹੋਇਆ ਇੱਥੇ ਪਹੁੰਚਣਾ ਪਹਿਲਾਂ ਰਸਤਾ ਭਟਕ ਗਏ ਸੀ ਜਮਾਂ ਹੀ ਕਲੀਅਰ ਪਤਾ ਨਹੀਂ ਕਿੰਨੇ ਲਓ ਜੀ ਫੂਡ ਦਾ ਵੀ ਹੋ ਗਿਆ ਇੰਜੋਏ ਜਿਹੜੀ ਇੱਥੇ ਆ ਸਾਰੀ ਮਿੱਟੀ ਪਈ ਹੈ ਨਾ ਇਹ ਸਾਊਦੀ ਤੋਂ ਲਿਆ ਕੇ ਘੇਰਦੇ ਆ ਤਾਂ ਕਿ ਇੱਥੇ ਗ੍ਰੀਨਰੀ ਵਗੈਰਾ ਘਾਹ ਵਗੈਰਾ ਹੋ ਸਕੇ ਪਾਰਕਾਂ ਵੀ ਜਿਹੜੀਆਂ ਬਣਦੀਆਂ ਇੱਥੇ ਉਹ ਵੀ ਉਹਦੇ 'ਚ ਬਣਦੀਆਂ ਵੀ ਉੱਧਰੋਂ ਲਿਆਉਂਦੇ ਮਿੱਟੀ ਇਹ ਸਾਊਦੀ ਤੋਂ ਇਹ ਦੇਖੋ ਇੱਧਰ ਦੀ ਮਕਾਨ ਇਹ ਅਸੀਂ ਤਾਂ ਐਕਚੁਅਲੀ ਹਿਲ ਸਟੇਸ਼ਨ 'ਤੇ ਆਏ ਹਾਂ ਇਹ ਵਿਲੇ ਸਾਰੇ ਲਓ ਜੀ ਆਏ ਅਸੀਂ ਇੱਥੇ ਫਿਊਲ ਕਰਾ ਲਿਆ ਫੁੱਲ ਗੱਡੀ 'ਚ ਫੇਰ ਦੁਆਰ ਤੋਂ ਅਤੇ ਹੁਣ ਦੇਖਦੇ ਹਾਂ ਇੱਥੇ ਇਹ ਪੈਟਰੋਲ ਪੰਪ ਇੱਥੇ ਦਾ ਇਹ ਵਿਲੇ ਹੈ ਉਹ ਸਾਹਮਣੇ ਦੁਬਈ ਫਰੇਮ ਦਿਖ ਰਿਹਾ ਲੁੱਕ ਐਟ ਦਿਸ ਇਹ ਦੁਬਈ ਫਰੇਮ ਹੈ ਜੀ ਇੱਥੇ ਇਹ ਵੀ ਅੱਛੀ ਜਗ੍ਹਾ ਹੈ ਮੈਂ ਪਿਛਲੀ ਵਾਰ ਤਾਂ ਇਹ ਵਿਜ਼ਿਟ ਕੀਤਾ ਵਾ ਇਸ ਵਾਰ ਤਾਂ ਨਹੀਂ ਜਾਣਾ ਦੇਖੋ ਇਹ ਸਾਰੇ ਵਿਲੇ ਹੈ ਬਹੁਤ ਵਧੀਆ ਪੋਰਸ਼ੇ ਵੀ ਹੈ ਅੱਛਾ ਜਿੱਥੇ ਅਸੀਂ ਹੈਗੇ ਹਾਂ ਸ਼ਾਨਦਾਰ ਐਨ ਇੱਕ ਬਾਈ ਜੀ ਸਕੂਟਰੀ 'ਤੇ ਜੌਬ 'ਤੇ ਜਾ ਰਹੇ ਆਪਣੀ ਇੱਥੇ ਸਕੂਟਰੀਆਂ ਬਹੁਤ ਚੱਲਦੀਆਂ ਐਵੇਂ ਇਲੈਕਟ੍ਰੋਨਿਕ ਹੈ ਇਹਨੂੰ ਫੋਲਡ ਕਰਕੇ ਅਸੀਂ ਮੈਟਰੋ 'ਚ ਲੈ ਜਾਂਦੇ ਹਾਂ ਬਾਅਦ 'ਚੋਂ ਇੱਥੋਂ ਘਰ ਤੋਂ ਮੈਟਰੋ ਸਟੇਸ਼ਨ ਤੱਕ ਸਕੂਟੀ 'ਤੇ ਉਹ ਤੋਂ ਬਾਅਦ 'ਚੋਂ ਫਿਰ ਮੈਟਰੋ 'ਤੇ ਵੀ ਫੋਲਡ ਕਰਕੇ ਲੈ ਕੇ ਆਪਣੀ ਜੌਬ 'ਤੇ ਸ਼ਾਮ ਨੂੰ ਫਿਰ ਰਿਟਰਨ ਜੌਬ ਤੋਂ ਬਾਅਦ ਆਪਣਾ ਸਕੂਟੀ 'ਤੇ ਹੀ ਫਿਰ ਮੈਟਰੋ ਮੈਟਰੋ ਤੋਂ ਫਿਰ ਆਪਣਾ ਘਰ ਇਹ ਕਾਫੀ ਇਹਨਾਂ ਨੇ ਰੱਖੀਆਂ ਮੈਂ ਇੱਥੇ ਦੁਬਈ 'ਚ ਤਾਂ ਮੈਂ ਲਾਸਟ ਟਾਈਮ ਵੀ ਦੇਖੀਆਂ ਸੀ ਕਾਫੀ ਜ਼ਿਆਦਾ ਇਹ ਦੇਖੋ ਕਿੰਨੇ ਬੜੇ ਬੜੇ ਮਕਾਨ ਹੈ ਇੱਧਰ ਪੂਰਾ ਲਗਜ਼ਰੀ ਏਰੀਆ ਉੱਧਰ ਵੀ ਸਾਈਡ ਪੂਰੇ ਗੱਡੀਆਂ ਹੀ ਪਹਿਲਾਂ ਤਾਂ ਪਤਾ ਲੱਗ ਜਾਂਦੀਆਂ ਰੇਂਜ ਰੋਵਰ ਟੋਇਟਾ ਲੈਂਡ ਕਰੂਜ਼ਰ ਸਾਰੀਆਂ ਸ਼ਾਨਦਾਰ ਏਰੀਆ ਇਹ ਦੁਬਈ ਫਰੇਮ ਹੈ ਜੀ ਸਾਹਮਣੇ ਚੱਲ ਪਏ ਅਸੀਂ ਇੱਥੋਂ ਬਾਕੀ ਨਿੰਦੀ ਬਾਈ ਜੀ ਨੇ ਕਾਫੀ ਸਮਾਨ ਲੈ ਲਿਆ ਫਿਰ ਖਾਣ ਪੀਣ ਲਈ ਇਹ ਬੱਚੇ ਆਪਣਾ ਇੰਜੋਏ ਕਰਦੇ ਹੋਏ ਪਿੱਛੇ ਗੁੜੀਆਂ ਨੂੰ ਗੱਡੀ ਬੜੀ ਪਸੰਦ ਆਈ ਜੀ ਕਹਿੰਦੇ ਬੰਦਾ ਜਦੇ ਇੰਨੀ ਲਗਜ਼ਰੀ ਫੀਲਿੰਗ ਆਉਂਦੀ ਨੀਂਦ ਵੀ ਬੜੀ ਵਧੀਆ ਆਉਂਦੀ ਕਹਿੰਦੇ ਦੁਬਈ ਫਰੇਮ ਤਾਂ ਮੈਂ ਦੇਖ ਲਿਆ ਸੀ ਲਾਸਟ ਟਾਈਮ ਉੱਪਰ ਜਾ ਕੇ ਕਿਆ ਇਹਦਾ ਨਾਮ ਅਸੀਂ ਇਹ ਐਮਰੇਟਸ ਦੀ ਬੱਸ ਉਹ ਆ ਗਏ ਸਾਹਮਣੇ ਜਿੱਥੇ ਅਸੀਂ ਜਾਣਾ ਹੈ ਫਿਊਚਰ ਮਿਊਜ਼ੀਅਮ ਮਿਊਜ਼ੀਅਮ ਆਫ ਦੀ ਫਿਊਚਰ ਹੈ ਇਹਦੇ ਅੰਦਰ ਹੈ ਓਕੇ ਇਹਦੇ ਅੰਦਰ ਜਾਣਾ ਜੀ ਰਿੰਗ ਦੇ ਜਿਹੜਾ ਬਣਿਆ ਵਾ ਇਹ ਕੱਟ ਕੁੱਟ ਅੱਗੇ ਵਿੱਚ ਨਹਾਉਣਾ ਕਿਤੇ ਘੁੰਮ ਘੁੰਮ ਹਾਂ ਦੇਖ ਲਓ ਜੀਪੀਐਸ ਨਾਲ ਇਹ ਰਿਹਾ ਜੀ ਮਿਊਜ਼ੀਅਮ ਆਫ ਦੀ ਫਿਊਚਰ ਇਹ ਦੇਖਣਾ ਬੱਚਿਆਂ ਨੇ ਅੱਜ ਬਾਕੀ ਪਹੁੰਚ ਜਾਣਾ ਛੇਤੀ ਉਹ ਪਤਾ ਲੱਗਦਾ ਬਾਕੀ ਦੁਬਈ ਤਾਂ ਦੁਬਈ ਹੋਇਆ ਉਹ ਵੀ ਨਹੀਂ ਕਹਿੰਦੇ ਗੱਲਾਂ ਹੁੰਦੀਆਂ ਜੀ ਲਓ ਜੀ ਦੁਬਾਰੇ ਯੂ ਮਾਰ ਕੇ ਆਏ ਕਿਉਂਕਿ ਮਿਊਜ਼ੀਅਮ ਆਫ ਦੀ ਫਿਊਚਰ ਦੂਜੀ ਸਾਈਡ ਸੀ ਸਾਡੇ ਹੁਣ ਇੱਥੋਂ ਦੁਬਾਰਾ ਤੋਂ ਫਿਰ ਅਸੀਂ ਵਾਪਸ ਜਾ ਰਹੇ ਹਾਂ ਬਸ ਛੇਤੀ ਉਹ ਪਹੁੰਚ ਜਾਣਾ ਨੇੜੇ ਆ ਗਏ ਉਹ ਦਿਖ ਰਿਹਾ ਸਾਹਮਣੇ ਸਾਈਡ ਤੋਂ ਮਿਊਜ਼ੀਅਮ ਆਫ ਦੀ ਫਿਊਚਰ ਦੂਰੋਂ ਤਾਂ ਫਿਰ ਵੀ ਛੋਟਾ ਲੱਗਦਾ ਜੀ ਕਾਫੀ ਵੱਡਾ ਹੈ ਨਾ ਰੋਡ ਤੋਂ ਪਰਲੀ ਸਾਈਡ ਤੋਂ ਤਾਂ ਐਂ ਲੱਗਦਾ ਸੀ ਦੇਖੋ ਜੀ ਮਿਊਜ਼ੀਅਮ ਆਫ ਦੀ ਫਿਊਚਰ ਬਸ ਗੱਡੀ ਪਾਰਕ ਕਰਨ ਜਗ੍ਹਾ ਨਹੀਂ ਮਿਲ ਰਹੀ ਪਾਰਕਿੰਗ ਲੱਭ ਰਹੇ ਅਸੀਂ ਲਓ ਜੀ ਆ ਗਏ ਮਿਊਜ਼ੀਅਮ ਆਫ ਦੀ ਫਿਊਚਰ ਇਹ ਦੇਖੋ ਕਾਫੀ ਵੱਡਾ ਇਹ ਟਿਕਟ ਪੁੱਛਿਆ ਸੀ ਇੱਥੇ 150 ਬਰੰਦੀ ਹੈ 150 ਬਟ ਅਵੇਲੇਬਲ ਨਹੀਂ ਹੈ ਹੁਣ ਲਈ ਵੀ ਨਹੀਂ ਕੱਲ੍ਹ ਨਹੀਂ ਵੀ ਨਹੀਂ
जे तुसी चाहते हैं तो कहते 400 देके ले लो, बाकी देख रहे हैं। सॉरी यू आर सोल्ड आउट फ्रॉम टुडे, प्लीज चेक आ वैसे नेक्स्ट अवेलेबल। इसकी फोटो ले लेंगे ना। चल पे जी गड्डी बैठ के दोबारे फिर तो स्काई व्यू ऑब्जरवेटरी वालू। जाम बहुत है फिर भी लाइट होगी साड़ी ग्रीन हूँ। देखते हैं इतों कितना टाइम लगता। गूगल मैप से तो सिर्फ 2.5 किलोमीटर दिखा रहा, 8 मिनट, क्योंकि जाम करके इतने रश टाइम लग जाता है। लाइटा काफ़ी लंबी लंबी होंगे है। बाकी देखो दुबई का नज़ारा, इधर बिल्डिंग है, ये नेड़े नेड़े ही है सारा कुछ। म्यूजियम ऑफ द फ्यूचर एंड बुर्ज खलीफा, कोई ज़्यादा डिस्टेंस नहीं है। मैं पहुँचना उन्हें छेती 7-8 मिनट से। थैंक गॉड पहुँच गए, बहुत औखा होया इतने पहुँचना। पहला रस्ता भटक गए सी, उस तो बाद चो फिर यदि एंट्री ना मिले बेसमेंट चो, किधर नू है किधर नू नहीं। एक्चुअली जिन्नी काम करती लेबर होंगी है उन्होंने पूछा वो कोई दूजे पास मोड़ दे क्योंकि उधर लॉबी जाओ कोई इधर, बट आखिरकार देर आए दुरुस्त आए पहुँच ही गए। ठीक है, दिखता कुछ नहीं। लो जी जा रहे उपर लिफ्ट, कितने फ्लोर? हाउ मेनी फ्लोर? 53 फ्लोर। 53 फ्लोर पे जा रहे हैं सी। देखो भीड़ सामने लेके आए थे। आ गया, हाँ ये है जी इतने। बुर्ज खलीफा ਇਹ ਆਈ ਤਾਂ ਇਹਦਾ ਦੁਬਈ ਫਰੇਮ ਵੀ ਇਹਦੀ ਟੂਰ ਵੀ ਆਣਾ ਇਹਦੀ ਗਲਾਸ ਸਾਈਡ ਹੈ ਉਹ ਦੇਖੋ ਲੋ ਜੀ ਹਾਏ ਅਗਮ ਆ ਜਾ ਆ ਦੇਖੋ ਜੀ ਥੱਲੇ ਪੂਰਾ ਧਰਤੀ ਲੋ ਜੀ ਪਹੁੰਚ ਦੇਖੋ ਇੱਥੇ ਨਜ਼ਾਰਾ ਇੱਕ ਤਾਂ ਪਹਿਲਾਂ ਦਾ ਵਿਊ ਹੀ ਬੜਾ ਜ਼ਬਰਦਸਤ ਹੈ ਇੱਥੋਂ ਜਿਹੜਾ ਆਉਂਦਾ ਪੂਰਾ ਆਹ ਦੇਖੋ ਇੱਥੋਂ ਰਾਤ ਨੂੰ ਫਾਊਂਟੇਨ ਸ਼ੋਅ ਦਾ ਵੀ ਜੇ ਦੇਖਣਾ ਹੋਵੇ ਨਜ਼ਾਰਾ ਪੂਰਾ ਹੈ ਇਹ ਬੁਰਜ ਖਲੀਫਾ हाँ दूर दूर तक दुबई का पूरा दूर दूर तक बड़ा ही जबरदस्त। जूम करके देख रहे हम हियर लंघ गया तो इतने देखो आह ये नीचे का हूँ इतने वॉक करनी है पूरी। ये पैर रख रहा मैं नीचे धरती दे कार क्यों डर नहीं क्या आएगा। हाँ पूरा नज़ारा जी पूरा एन पैसा वसूले जमी सीधा ओ माय गॉड नीचे सिर्फ ग्लास है पीछे बहुत ही कैन इतने। ये भाई ये देखो जमा ही क्लियर पता नहीं किन्ने। बाकी व्यू तो जो पहला भी तुम्हें दिखा चुके दुबई है सड़क देखो जाले जाल पिछे पै पूरा कोई किधर असी भी एक्चुअली एक दो टर्न ये करके रोंग ले बैठे एक बार जो तुम होर पास गड्डी पाली तक बहुत टाइम लग जाता है पूरी सड़क का जाल है नहीं
ਇੱਧਰ ਸੜਕਾਂ ਦਾ ਨਾ ਪੂਰਾ ਦਿਖਦਾ ਹੈ ਨਾ ਜਾਲ ਦਿਖਿਆ ਪਿਆ ਹੈ ਪੂਰਾ ਅੱਛੀ ਜਗ੍ਹਾ ਲੱਗ ਰਹੀ ਹੈ ਆਪਾਂ ਮੈਂ ਆ ਦੇਖੂ ਪੂਰਾ ਅੱਛਾ ਓਕੇ ਸ਼ਿਲਪਾ ਛੱਡੀ ਦੇ ਹਸਬੰਡ ਦਾ ਤੇ ਇਹ ਸਾਹਮਣੇ ਇਹ ਦੁਬਈ ਮਾਲ ਹੈ ਇਹ ਫਾਉਂਟੇਨ ਸ਼ੋ ਜਿੱਥੇ ਹੁੰਦਾ ਹੈ ਬੁਰਜ ਖਲੀਫਾ ਇਹ ਪਿੱਛੇ ਰੈਜ਼ੀਡੈਂਸ਼ੀਅਲ ਏਰੀਆ ਬਣਾਇਆ ਜੀ ਬਹੁਤ ਹੀ ਜ਼ਬਰਦਸਤ ਬਾਕੀ ਆ ਰੂਟਸ ਦੁਬਈ ਦੀਆਂ ਇੱਕ ਪੂਰਾ ਗਲਾਸ ਦੇ ਉੱਤੇ ਤੁਰ ਰਿਹਾ ਮੈਂ ਗਲਾਸ 'ਤੇ ਇੱਥੇ ਨੀਚੇ ਕੁਛ ਨਹੀਂ ਸਿੱਧਾ ਸਿਰਫ ਗਲਾਸ ਇੱਕ ਉਹ ਤੋਂ ਬਾਅਦ 'ਚੋਂ ਥੱਲੇ ਪੂਰਾ ਅਤੇ ਆ ਦੁਬਈ ਦਾ ਜਿਹੜਾ ਸੜਕਾਂ ਦਾ ਜਾਲ ਬਣਿਆ ਵਾ ਇਹ ਦੇਖੋ ਮਾਈ ਗੋਡ ਵਾਟ ਏ ਅਮੇਜ਼ਿੰਗ ਵਿਊ ਬਹੁਤ ਹੀ ਜ਼ਬਰਦਸਤ ਬਹੁਤ ਹੀ ਸ਼ਾਨਦਾਰ ਨਜ਼ਾਰਾ ਹਾਂਜੀ ਕੈਸਾ ਲਗਾ ਆਪਕੋ ਡਰ ਡਰ ਥੋੜ੍ਹੀ ਹੈ ਮੁੰਡਾ ਕਾਬੂ ਨਹੀਂ ਆ ਰਿਹਾ ਸਾਡਾ ਸ਼ਰਾਰਤਾਂ ਵਾ ਸ਼ਰਾਰਤਾਂ ਕਰ ਰਹੀਆਂ ਹਾਂਜੀ ਹਾਓ ਆਰ ਯੂ ਦੁਬਈ ਕੈਸੀ ਹਬੀਬੀ ਹਬੀਬੀ ਕਮ ਟੂ ਦੁਬਈ ਲੋ ਜੀ ਇੱਥੋਂ ਚੱਲ ਪਏ ਹੁਣ ਬਹੁਤ ਇੱਥੇ ਇੰਜੋਏ ਹੋ ਗਿਆ ਹੁਣ ਫਨ ਕਰ ਲਿਆ ਇੱਥੇ ਕਾਫੀ ਟਾਈਮ ਸਪੈਂਡ ਕਰ ਲਿਆ ਹੁਣ ਇੱਥੇ ਕਿਹਨਾਂ ਦੀ ਸਲਾਈਡ ਹੈ ਜਿਹੜੀ ਉੱਪਰੋਂ ਸਲਾਈਡ ਕਰਕੇ ਨੀਚੇ ਆਉਂਦੇ ਡੇਂਜਰਸ ਹੈ ਥੋੜ੍ਹਾ ਜਿਹਾ ਦੇਖਦੇ ਕਰਦੇ ਟਰਾਈ ਸਲਾਈਡ ਕਰਕੇ ਨੀਚੇ ਦੇਖੋ ਜਾ ਕੇ ਕਿਵੇਂ ਦਾ ਹੈ ਕਿਵੇਂ ਦਾ ਨਹੀਂ ਇਹ ਗੇਮ ਪਲੇ ਕਰ ਰਿਹਾ ਹਾਂ ਪੈਸੇ ਭਰਨੇ ਦੱਸਦੇ ਜਿਹੜੀ ਲੋ ਜੀ ਆ ਗਏ ਇੱਥੇ ਉੱਪਰ ਜਿੱਥੋਂ ਸਲਾਈਡ ਹੁੰਦਾ ਹੈ ਕੋਈ ਨਹੀਂ ਆ ਜਾਣਾ ਭਾਜੀ ਨੇ ਲਓ ਜੀ ਫੂਡ ਦਾ ਵੀ ਹੋ ਗਿਆ ਇੰਜੋਏ ਬੜਾ ਵਧੀਆ ਰਿਹਾ ਇੱਥੇ ਬੈਠ ਕੇ ਉੱਪਰ ਆਇਆ ਨਜ਼ਾਰੇਦਾਰ ਇਹ ਦੇਖੋ ਵਿਊ ਹੁਣ ਚੱਲੇ ਵਾਪਸ ਇੱਥੋਂ ਹੁਣ ਜਾਣਾ ਹੈ ਬੀਚ ਵੱਲ ਮਰੀਨਾ ਬੀਚ 'ਤੇ ਦੇਖਦੇ ਉੱਧਰ ਜਾ ਕੇ ਕੀ ਨਜ਼ਾਰਾ ਕੀ ਨਹੀਂ ਚਲੋ ਬੇਟਾ ਲਾਈਵ ਵਿਊ ਨੂੰ ਕਰੀਏ ਬਾਏ ਬਾਏ ਲੋ ਜੀ ਚੱਲ ਪਏ
ਸਕਾਈ ਵਿਊਜ਼ ਤੋਂ ਹੁਣ ਹੋ ਗਿਆ ਹੁਣ ਤਾਂ ਪੇਪਰ ਹੀ ਨਹੀਂ ਕਰ ਰਿਹਾ ਨਾ ਤੇ ਹੁਣ ਜਿਹੜਾ ਮਿਲ ਗਿਆ ਉਹ ਸਮਾਪਤ ਹੋ ਗਿਆ ਓਪਸ ਗਾੜੀ ਲਿਫਟ ਡਾਊਨ 54th ਫਲੋਰ ਤੋਂ 1 ਬਾਈ 1 ਡਾਊਨ ਮੇਰੀ ਹਣਾ ਤੈਰੀ ਜੱਦੀ ਜਾਣੀ ਕਿ ਕੋਈ ਕੋਈ ਫਲੋਰ ਡਰੁੱਪੜਾ ਨਹੀਂ ਜੀ ਹਾਂ ਤੈਨੂੰ ਨੂੰ ਫਰਕ ਪੈਂਦਾ ਨਾ ਇਹ ਕਹਿੰਦੇ ਬੰਦਾ ਦਬਾ ਤਨੇ ਕਹਿਣਾ ਵੇਖੋ ਆਈ ਵਿਲ ਟੇਲ ਯੂ ਸਾਈਨ ਵੈਨ ਯੂ ਆਰ ਡਾਊਨ ਏਅਰ ਪ੍ਰੈਸ਼ਰ ਰਿਲੀਜ਼ ਕਰਦੀ ਹੈ ਤੁਹਾਡੀ ਬਾਡੀ ਉਹਦੇ ਇਕੁਅਲ ਪ੍ਰੈਸ਼ਰ ਰਿਲੀਜ਼ ਕਰਦੀ ਹੈ ਆ ਗਏ ਜੀ ਬਾਹਰ ਸਕਾਈ ਵਿਊਜ਼ ਤੋਂ